ਸ਼੍ਰੀਕਾਲ ਜੀ, ਮੈਂ ਅਫਸਾਨਾ ਖਾਨ ਤੇ ਮੈਂ ਟੋਟਲੀ ਸਹਿਮਤ ਹਾਂ ਰਣਜੀਤ ਬਾਬਾ ਭਾਜੀ ਐਂਡ ਐਮੀ ਵਿਰਕ ਸੋ ਇਹਨਾਂ ਦੇ ਨਾਲ। ਸ਼੍ਰੀ ਬਰਾੜ ਬਹੁਤ ਚੰਗਾ ਪਰਸਨ ਆ, ਬਹੁਤ ਅੱਛਾ ਇਨਸਾਨ ਆ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਆ, ਕਿਉਂ ਸਾਡੀ ਤਾਂ ਫੁੱਲ ਐਲਬਮ ਮੇਰੀ ਤਾਂ ਸ਼੍ਰੀ ਬਰਾੜ ਦੇ ਨਾਲ ਆ ਰਹੀ ਹੈ। ਸੋ ਬਹੁਤ ਘੈਂਟ ਬੰਦਾ, ਅੱਛੀ ਤੇ ਸੱਚਾ ਰੂਹ ਦਾ ਮਾਲਕ ਬੰਦਾ। ਸੋ ਸਾਰੇ ਜਾਣੇ ਸਪੋਰਟ ਕਰੋ ਤੇ ਜੇ ਕਲਾਕਾਰ ਹੀ ਏਕਾ ਨਹੀਂ ਕਰਨਗੇ ਤਾਂ ਉਹੀ ਗੱਲ ਕਿ ਆਉਣ ਵਾਲੇ ਟਾਈਮ 'ਚ ਸਾਰੇ ਕੋਈ ਵੀ ਮਤਲਬ ਕਲਾਕਾਰ ਨੂੰ ਕੁਛ ਵੀ ਤੋਹਮਤ ਲਾ ਸਕਦਾ, ਕੋਈ ਵੀ ਕੁੱਟ ਮਾਰ ਸਕਦਾ। ਸੋ ਪਲੀਜ਼ ਕਲਾਕਾਰਾਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਪੋਰਟ ਕਰੋ ਸ਼੍ਰੀ ਬਰਾੜ ਨੂੰ। ਸੋ ਮੈਂ ਬਹੁਤ ਲਾਈਕ ਅਸੀਂ ਤਾਂ ਇੰਨਾ ਕੰਮ ਕੀਤਾ, ਇਕੱਠੇ ਕਰ ਰਹੇ ਹਾਂ, ਗਾਣੇ ਆ ਰਹੇ ਆ, ਅਤੇ ਮੈਨੂੰ ਪਤਾ ਕਿ ਪਰਸਨਲੀ ਉਹ ਬੰਦਾ ਕਿੰਨਾ ਵਧੀਆ ਅਤੇ ਕਿੰਨਾ ਚੰਗਾ ਇਨਸਾਨ ਆ, ਕਿੰਨੀ ਚੰਗੀ ਉਹਨਾਂ ਦੀ ਸਾਰੀ ਟੀਮ ਆ ਫਤਿਹ ਹੋਰੇ ਨਾਲ ਨੇ। ਸੋ ਸਾਰੇ ਜਾਣੇ ਸਪੋਰਟ ਕਰੋ, ਸਾਰੇ ਆਰਟਿਸਟਾਂ ਨੂੰ ਨੀਡ ਹੈ ਕਿ ਸ਼੍ਰੀ ਬਰਾੜ ਦੀ ਸਪੋਰਟ ਕਰੋ, ਸਾਰੇ ਜਾਣੇ ਉਹਦੇ ਹੱਕ 'ਚ ਖੜੋ। ਸੋ ਵਾਹਿਗੁਰੂ ਮਿਹਰ ਕਰੇਗਾ। ਥੈਂਕ ਯੂ ਸੋ ਮੱਚ ਐਂਡ ਜਲਦੀ ਜਲਦੀ ਸ਼੍ਰੀ ਬਰਾੜ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਛੇਤੀ ਛੇਤੀ ਸਹੀ ਸਲਾਮਤ ਸ਼੍ਰੀ ਬਰਾੜ ਘਰੇ ਪਹੁੰਚੇ ਤੇ ਆਪਣਾ ਕੰਮ ਕਰੇ, ਕਿਉਂਕਿ ਮਿਹਨਤ ਕਰਕੇ ਬੰਦਾ ਇੰਨੀ ਸਾਲਾਂ ਤੋਂ ਮਿਹਨਤ ਕਰਦਾ, ਇੱਕ ਝੱਟ ਵਿੱਚ ਤੁਸੀਂ ਬੰਦੇ ਦੇ ਤੋਹਮਤ ਲਾ ਦਿੰਦੇ ਹੋ, ਦੋਸ਼ਣ ਲਾ ਦਿੰਦੇ ਹੋ। ਸੋ ਉਹ ਗਲਤ ਆ। ਸੋ ਸਾਰੇ ਜਾਣੇ ਕਲਾਕਾਰਾਂ ਦੇ ਨਾਲ ਖੜੋ ਤੇ ਡੇ ਨਾਈਟ ਕਰਕੇ ਮਿਹਨਤ ਕਰਨ ਵਾਲਾ ਬੰਦਾ ਹੋ। ਮੈਂ ਜੋ ਜਾਣਦੀ ਹਾਂ, ਜੋ ਅਸੀਂ ਐਲਬਮ ਰੈਡੀ ਕੀਤੀ ਹੈ, ਕਿੰਨੇ ਹਾਰਡ ਵਰਕਿੰਗ ਕੰਮ ਦੇ ਨਾਲ। ਸੋ ਗੋਡ ਬਲੈਸ ਯੂ ਸ਼੍ਰੀ, ਐਂਡ ਤੁਸੀਂ ਜਲਦੀ ਬਾਹਰ ਆਓਗੇ ਇਹ ਦੁਆ ਕਰਦੀ ਹਾਂ ਮੈਂ। ਥੈਂਕ ਯੂ ਸੋ ਮੱਚ। ਸੋ ਅੱਜ ਤਾਂ ਗੱਲ ਸ਼੍ਰੀ ਬਰਾੜ ਤੇ ਆਈ ਹੈ, ਕੱਲ ਨੂੰ ਕਿਸੇ ਵੀ ਆਰਟਿਸਟ ਤੇ ਗੱਲ ਆ ਸਕਦੀ ਹੈ। ਸੋ ਜਦੋਂ ਤੱਕ ਤੁਸੀਂ ਏਕਾ ਨਹੀਂ ਕਰਦੇ ਤੇ ਤੁਸੀਂ ਕੋਈ ਵੀ ਜਿੱਤ ਹਾਸਲ ਨਹੀਂ ਕਰ ਸਕਦੇ। ਸਾਰੇ ਜਾਣੇ ਸ਼੍ਰੀ ਬਰਾੜ ਦਾ ਸਾਥ ਦਿਓ, ਸਹਿਯੋਗ ਦਿਓ ਤੇ ਵਾਹਿਗੁਰੂ ਅੱਗੇ ਅਰਦਾਸ ਕਰੇ ਸਾਰੇ ਜਾਣੇ।